ਦੇਸ਼ ਦੁਨੀਆ 'ਚ ਵੱਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ। ਝੀਲਾਂ ਕੋਲ ਬਠਿੰਡੇ ਕੋਠੀ ਪਾ ਦੇ ਵੇ ਮਾਈਆ, ਕਦੇ ਗੁਰਲੇਜ਼ ਅਖਤਰ ਉਮਦਾ ਆਵਾਜ਼ ਦੀ ਮਾਲਕਣ ਇੱਕ ਡਿਊਟ ਗੀਤ ਦੇ ਵਿੱਚ ਬਠਿੰਡੇ ਦਾ ਇਸ ਤਰੀਕੇ ਨਾਲ ਜ਼ਿਕਰ ਕਰਦੀ ਹੈ। ਕਦੇ ਬਠਿੰਡੇ ਦਾ ਜ਼ਿਕਰ ਥਰਮਲ ਦੀਆਂ ਚਿਮਨੀਆਂ 'ਚੋਂ ਨਿਕਲਦੀ ਰਾਖ ਕਰਕੇ ਹੁੰਦਾ ਹੈ, ਕਦੇ ਬਠਿੰਡੇ ਦਾ ਜ਼ਿਕਰ ਬਾਦਲਾਂ ਦੇ ਉੱਡਣ ਖਟੋਲਿਆਂ ਕਰਕੇ ਹੁੰਦਾ ਹੈ, ਕਦੇ ਉਸ ਬਠਿੰਡੇ ਦਾ ਜ਼ਿਕਰ ਵੀ ਇਸ ਤਰ੍ਹਾਂ ਆਉਂਦਾ ਹੈ ਜਿੱਥੇ ਖੱਬੀਆਂ ਪੱਗਾਂ ਬੰਨਣ ਵਾਲੇ ਲੋਕ ਵੱਸਦੇ ਸੀ। ਬਠਿੰਡੇ ਨੂੰ ਵਾਇਆ ਬਠਿੰਡਾ ਵੀ ਕਿਹਾ ਗਿਆ, ਲੇਕਿਨ ਅੱਜ ਬਠਿੰਡਾ ਪੰਜਾਬ ਦੇ ਨਕਸ਼ੇ ਦੇ ਉੱਤੇ ਵੱਡੀ ਤਰੱਕੀ ਕਰਾਇਆ। ਬਗਾਵਤਾਂ ਦਾ ਬਿਗਲ ਵੀ ਬਠਿੰਡਿਓਂ ਵੱਜਦਾ, ਜਦੋਂ ਪਿੱਛੇ ਨਵਜੋਤ ਸਿੰਘ ਸਿੱਧੂ ਬਠਿੰਡਿਓਂ ਵੜਿੰਗਦੀ ਰੈਲੀ ਦੇ ਵਿੱਚੋਂ ਇਹ ਕਹਿੰਦਾ ਹੈ ਕਿ ਉਹਨਾਂ ਨੂੰ ਠੋਕ ਦਿਓ ਪੰਜਾਬੀ, ਉਹ ਜਿਹੜੇ ਰਲੇ ਆ, ਅਤੇ ਫਿਰ ਨਵਜੋਤ ਸਿੰਘ ਸਿੱਧੂ ਨੂੰ ਸਿਆਸੀ ਬਨਵਾਸ ਲੈਣਾ ਪੈਂਦਾ। ਬਨਵਾਸ ਅਕਸਰ ਦਿੱਤੇ ਜਾਂਦੇ ਆ, ਲੇਕਿਨ ਨਵਜੋਤ ਸਿੰਘ ਸਿੱਧੂ ਸਭ ਛੱਡ ਛਡਾ ਕੇ ਆ ਜਾਂਦਾ। ਹੁਣ ਫਿਰ ਬਠਿੰਡਿਓਂ ਬਗਾਵਤ ਉੱਠਦੀ ਹੈ। ਇਹ ਉਹ ਬਠਿੰਡਾ ਹੈ ਜਿੱਥੇ ਕਦੇ ਮਨਪ੍ਰੀਤ ਬਾਦਲ ਨੇ ਵੀ ਬਗਾਵਤ ਕੀਤੀ ਸੀ। ਮਨਪ੍ਰੀਤ ਬਾਦਲ ਵੀ ਬਠਿੰਡੇ ਦੀਆਂ ਜੂਆਂ 'ਚੋਂ ਆਉਂਦਾ ਹੈ। ਕਦੇ ਉਹਨੇ ਬਾਦਲਕਿਆਂ ਦੇ ਖਿਲਾਫ਼, ਤਾਏਕਿਆਂ ਦੇ ਖਿਲਾਫ਼ ਬਗਾਵਤ ਕਰਕੇ ਪੰਜਾਬ ਦਾ ਖਜ਼ਾਨਾ ਮੰਤਰਾਲਾ ਛੱਡਤਾ ਸੀ, ਅਤੇ ਫਿਰ ਉਹ ਅਲੰਬਰਦਾਰ ਬਣ ਗਿਆ ਸੀ ਉਹਨਾਂ ਬਗਾਵਤਾਂ ਦਾ, ਉਸ ਬਾਗੀਆਂ ਸੁਭਾਅ ਦਾ ਜਿਹੜਾ ਕਦੇ ਪੰਜਾਬੀਆਂ ਦਾ ਖਾਸਾ ਸੀ। ਹੁਣ ਫਿਰ ਬਠਿੰਡੇ ਦੀ ਉਸ ਧਰਤੀ ਤੋਂ ਰਵਨੀਤ ਸਿੰਘ ਬਿੱਟੂ ਇੱਕ ਆਵਾਜ਼ ਮਾਰਦਾ ਅਤੇ ਉਹ ਕਹਿੰਦਾ, ਉਹ ਕੁਛ ਹੋਰ ਕਹਿੰਦਾ। ਜਦੋਂ ਰਵਨੀਤ ਸਿੰਘ ਬਿੱਟੂ ਦੀ ਗੱਲ ਸੁਣਦੇ ਹਾਂ ਤਾਂ ਇੰਝ ਨਹੀਂ ਲੱਗਦਾ ਕਿ ਉਹ ਬਗਾਵਤ ਕਰਦਾ, ਇੰਝ ਉਹ ਤਾਂ ਰਾਜ ਸੱਤਾ ਦੀਆਂ ਭਾਈਵਾਲੀਆਂ ਦੀ ਗੱਲ ਕਰਦਾ, ਉਹ ਸੱਤਾ ਨੂੰ ਮਾਨਣ ਦੀ ਚੀਜ਼ ਦੱਸਦਾ। ਉਹ ਕਹਿੰਦਾ, ਅਸੀਂ 10 ਸਾਲ ਦੇ ਕਾਂਗਰਸੀ ਲੋਕ ਸੀਗੇ, ਸਾਡਾ ਹੱਕ ਬਣਦਾ ਸੀ ਲੁੱਟਣ ਲਟਾਉਣ ਦਾ। ਲੇਕਿਨ ਇਹਦੇ ਜਵਾਬ ਵਿੱਚ ਮਨਪ੍ਰੀਤ ਬਾਦਲ ਅੱਜ ਥੋੜ੍ਹੀ ਦੱਬਵੀਂ ਸੁਰ 'ਚ ਗੱਲ ਕਰਦਾ। ਉਹ ਕਹਿੰਦਾ, ਜਾਖੜ ਕੋਲ ਗੱਲ ਕਰਦਾ, ਅਮਰਿੰਦਰ ਕੋਲ ਗੱਲ ਕਰਦਾ। ਲੇਕਿਨ ਰਵਨੀਤ ਸਿੰਘ ਬਿੱਟੂ ਦੀ ਚਲਾਈ ਹੋਈ ਚਾਲ ਬਾਦਲ ਕੇ ਬੋਚ ਲੈਂਦੇ ਆ। ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਹੁੰਦੀ ਆ, ਇਲਜ਼ਾਮ ਦਰ ਇਲਜ਼ਾਮ ਲਾਏ ਜਾਂਦੇ ਆ, ਇਹ ਭੁੱਲਦਿਆਂ ਕਿ ਜਦੋਂ 10 ਸਾਲ ਦੀ ਸੱਤਾ ਉਹਨਾਂ ਕੋਲ ਸੀ ਉਹਨਾਂ ਨੇ ਕੀ ਕੁਝ ਕੀਤਾ। ਲੇਕਿਨ ਸਵਾਲ ਤਾਂ ਇਹ ਹੈ ਕਿ ਕਦੇ ਰਵਨੀਤ ਸਿੰਘ ਬਿੱਟੂ ਦੇ ਆਪਣੇ ਦਾਦੇ ਨੇ ਕੀ ਕੀਤਾ, ਕਦੇ ਰਵਨੀਤ ਸਿੰਘ ਬਿੱਟੂ ਨੇ ਪਿਛਲੇ ਸਾਲਾਂ ਦੇ ਵਿੱਚ ਜੋ ਹੋਇਆ ਉਹਦਾ ਹਿਸਾਬ ਦਿੱਤਾ। ਲੇਕਿਨ ਮਨਪ੍ਰੀਤ ਬਾਦਲ ਦਾ ਜਵਾਬ ਵੀ ਕੋਈ ਵਧੀਆ ਜਵਾਬ ਨਹੀਂ। ਮਨਪ੍ਰੀਤ ਬਾਦਲ ਜਿਸ ਤਰੀਕੇ ਨਾਲ ਜਵਾਬ ਦੇ ਰਿਹਾ, ਉਹ ਵੀ ਇੱਕ ਸਫਾਈ ਦੇ ਰੂਪ ਵਿੱਚ ਆ। ਉਹ ਜਦੋਂ ਆਖਦਾ ਹੈ ਕਿ ਮੇਰੇ ਏਸੀ ਗਿਣਨ ਵਾਲਿਓ, ਇਹ ਏਸੀ ਤੁਹਾਡੇ ਲਵਾਏ ਹੋਏ ਆ। ਮਨਪ੍ਰੀਤ ਬਾਦਲ, ਜ਼ਰੂਰੀ ਨਹੀਂ ਹੈ ਕਿ ਤੇਰੀ ਕੋਠੀ ਦੇ ਵਿੱਚ 2 ਦਰਜਨ ਏਸੀ ਹੈ। 2 ਦਰਜਨ ਏਸੀ ਜੇ ਤੇਰੇ ਆਉਂਦਿਆਂ ਲੱਗੇ ਦਿਸੇ ਸੀ ਤਾਂ ਤੁਹਾਡੀ ਜ਼ਰੂਰਤ ਸਿਰਫ 6 ਕਮਰਿਆਂ ਜਾਂ 5 ਕਮਰਿਆਂ ਦੇ ਵਿੱਚ 5 ਏਸੀ ਸੀ, ਅਤੇ ਬਾਕੀ ਜਾਂ ਤਾਂ ਲਵਾ ਦਿੰਦੇ ਜਾਂ ਖੁਲਾਸਾ ਕਰ ਦਿੰਦੇ ਕਿ ਜਿਸ ਕੋਠੀ 'ਚ ਮੈਂ ਦਾਖਲ ਹੋਇਆ ਸੱਤਾ ਦਾ ਇਸ ਤਰੀਕੇ ਨਾਲ ਆਨੰਦ ਮਾਣਿਆ ਜਾਂਦਾ ਰਿਹਾ। ਲੇਕਿਨ ਮਨਪ੍ਰੀਤ ਬਾਦਲ ਨੇ ਚੁੱਪ ਕਰਕੇ ਉਸ ਨੂੰ ਮਾਨਣ ਹੰਢਾਉਣ ਦਾ ਤਰੀਕਾ ਅਖਤਿਆਰ ਕੀਤਾ। ਅਸੀਂ ਸਹਿਮਤ ਹਾਂ, ਸੱਤਾ ਇਹ ਸਾਰਾ ਕੁਛ ਕਰਦੀ ਆਈ ਹੈ, ਜੇ ਸੱਤਾ 'ਚ ਇਹੋ ਕੁਝ ਨਹੀਂ ਮਿਲਣਾ ਤਾਂ ਸੱਤਾ 'ਚ ਆਉਣ ਦਾ ਕੀ ਫਾਇਦਾ। ਲੇਕਿਨ ਮਨਪ੍ਰੀਤ ਦੀ ਇੱਕ ਗੱਲ ਟੁੰਬਦੀ ਹੈ ਸਾਨੂੰ, ਸਾਡੇ ਮਨਾਂ ਦੇ ਵਿੱਚ ਦਸਤਕ ਦਿੰਦੀ ਹੈ, ਜਦੋਂ ਕਹਿੰਦੇ ਆ ਕਿ ਮੇਰਾ ਇੱਕ ਦਿਨ ਦਾ ਜਿਹੜਾ ਮੇਰੇ ਸ਼ਰੀਕਾਂ ਦਾ ਇੱਕ ਦਿਨ ਦਾ ਤੇਲ ਦਾ ਸਿਕਿਉਰਿਟੀ ਦਾ ਖਰਚਾ ਮੇਰੇ 5 ਸਾਲ ਦਾ ਖਰਚਾ ਹੈ। ਲੇਕਿਨ ਮਨਪ੍ਰੀਤ ਬਾਦਲ, ਇਸ ਤੋਂ ਇਲਾਵਾ ਤੁਹਾਨੂੰ ਸਫਾਈ ਦੇਣੀ ਪਊ ਕਿ ਪੰਜਾਬ ਦੀ ਸੱਤਾ ਜਿਹੜੀ ਲੋਕਾਂ ਨੇ ਵਿਰੋਧ 'ਚ ਬਦਲੀ, ਉਸ ਸੱਤਾ ਦੀ ਚਾਬੀ, ਕੁੰਜੀਆਂ ਜਿਹਨੂੰ ਕਹਿੰਦੇ ਆ, ਜਿਹੜਾ ਕਹਿੰਦੇ ਆ ਖਜ਼ਾਨਾ ਕਦੇ ਆਪਣੇ ਪਿੰਡਾਂ ਦੇ ਵਿੱਚ ਮਾਵਾਂ ਬੀਬੀਆਂ ਕੋਲ ਹੁੰਦਾ ਸੀ, ਉਹ ਖਜ਼ਾਨਾ ਤੁਹਾਡੇ ਹੱਥ ਆ। ਇੱਥੇ ਤਾਂ ਪੁਰਾਣੇ ਸੰਦੂਕਾਂ 'ਚ 200-400 ਰੁਪਇਆ ਲੱਭ ਜਾਂਦਾ ਸੀ, ਰੱਖ ਕੇ ਸਾਂਭਲਿਆ ਜਾਂਦਾ ਸੀ ਘਰ ਦੀਆਂ ਲੋੜਾਂ ਲਈ। ਤੁਸੀਂ ਪੰਜਾਬੀਆਂ ਨਾਲ ਇਹ ਵਾਅਦਾ ਕੀਤਾ ਸੀ ਕਿ ਕੁਝ ਸਾਲਾਂ 'ਚ ਇਹਨੂੰ ਠੀਕ ਕਰ ਦਿਆਂਗੇ, ਹਾਲਤ ਪਤਲੀ ਹੈ, ਲੇਕਿਨ ਆਰਥਿਕਤਾ ਹੋਰ ਡਾਵਾਂਡੋਲ ਹੋ ਗਈ, ਹੁਣ ਜ਼ਿੰਮੇਵਾਰੀ ਕਿੱਥੇ ਆਇਦ ਕਰੀਏ, ਸਵਾਲ ਬਣਦਾ। ਵੱਡਾ ਸਵਾਲ ਇਹ ਆ ਕਿ ਬਗਾਵਤ ਜਿਹੜੀ ਬਠਿੰਡਿਓਂ ਤੁਰੀ ਆ, ਇਹ ਕਿੰਨਿਆਂ ਕੁ ਨੂੰ ਸੇਕ ਲਾਊ, ਕਿੰਨਿਆਂ ਨੂੰ ਲੂਹੂਗੀ? ਕਿਉਂਕਿ ਅੱਜ ਜਦੋਂ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਗੈਰ ਮੌਜੂਦਗੀ ਆ, ਅਤੇ ਉਦੋਂ ਸਭ ਨੂੰ ਬਠਿੰਡੇ ਦੀ ਉਹ ਰੈਲੀ ਯਾਦ ਆਉਂਦੀ, ਅਤੇ ਹੁਣ ਜਦੋਂ ਰਵਨੀਤ ਸਿੰਘ ਬਿੱਟੂ ਉੱਥੇ ਕੋਈ ਪੇਸ਼ੀ ਭੁਗਤਣ ਗਿਆ, ਸਾਰਿਆਂ ਨੂੰ ਕਟਹਿਰੇ 'ਚ ਖੜਾ ਕਰਦਾ, ਅਤੇ ਅੱਜ ਫਿਰ ਬਠਿੰਡੇ ਦੀਆਂ ਜੂਹਾਂ 'ਚੋਂ ਉੱਡਦੀ ਰਾਖ ਨਜ਼ਰ ਆਉਂਦੀ ਹੈ। ਸਵਾਲ ਤਾਂ ਇਹ ਹੈ ਕਿ ਇਹ ਬਠਿੰਡਾ ਜਿੱਥੋਂ ਹੁਣ ਸਿਆਸਤ ਦੇ ਵਿੱਚ ਇਸ ਤਰ੍ਹਾਂ ਦੀਆਂ ਕਨਸੋਵਾਂ ਅਤੇ ਸ਼ਗੂਫੇ ਨਿਕਲ ਰਹੇ ਆ, ਇਹਨਾਂ ਦਾ ਰਾਹ ਰਸਤਾ ਕਿੱਧਰ ਨੂੰ ਜਾਂਦਾ ਹੈ? ਕੀ ਇਹ ਮੋਤੀ ਮਹਿਲ ਦੇ ਗਲਿਆਰਿਆਂ 'ਚ ਘੁੰਮਦਾ ਹੈ, ਜਾਂ ਇਹ ਚੰਡੀਗੜ੍ਹ ਦੇ 2 ਸੈਕਟਰ ਦੇ ਗਲਿਆਰਿਆਂ 'ਚ ਫਿਰਦਾ ਹੈ? ਸਾਨੂੰ ਤਾਂ ਅਜੇ ਤੱਕ ਸਮਝ ਨਹੀਂ ਆਈ ਕਿ ਆਖਰ ਕੌਣ ਕਿਸ ਧਿਰ ਨਾਲ ਖਲੋਤਾ ਹੈ, ਇਸ ਸਾਰੀ ਬਹਿਸ ਦੇ ਵਿੱਚੋਂ ਨਿਕਲਣ ਵਾਲਾ ਕੀ ਹੈ, ਸਮਝ ਨਹੀਂ ਆ ਰਹੀ। ਲੇਕਿਨ 3 ਸਵਾਲ ਅਹਿਮ ਆ। ਸਭ ਤੋਂ ਪਹਿਲਾ ਸਵਾਲ ਕਿ ਜਦੋਂ ਰਵਨੀਤ ਸਿੰਘ ਬਿੱਟੂ ਇਹ ਕਹਿ ਰਿਹਾ ਕਿ ਕਾਂਗਰਸੀ ਉਡੀਕਦੇ ਸੀ 10 ਸਾਲਾਂ ਦੇ ਕਿ ਸਾਡੀ ਵਾਰੀ ਆਊ, ਉਹ ਵਾਰੀ ਕਿਸ ਲਈ ਚਾਹੁੰਦੇ ਸੀ?
ਕਿ ਸਟੇਟ ਲਈ ਚਾਹੁੰਦੇ ਸੀ, ਲੋਕਾਂ ਲਈ ਚਾਹੁੰਦੇ ਸੀ, ਕੁਝ ਬਦਲਣਾ ਚਾਹੁੰਦੇ ਸੀ ਜਾਂ ਲੁੱਟ ਖੋਹ ਕਰਨਾ ਚਾਹੁੰਦੇ ਸੀ। ਰਵਨੀਤ ਸਿੰਘ ਬਿੱਟੂ ਉਹਨਾਂ ਕਾਂਗਰਸੀਆਂ ਨੂੰ ਹਿੱਸੇ ਨਾ ਮਿਲਣ ਦੀ ਗੱਲ ਕਹਿ ਕੇ ਕਿਸ ਚੀਜ਼ ਨੂੰ ਜਸਟੀਫਾਈ ਕਰ ਰਿਹਾ ਜ਼ਰੂਰ ਦੱਸਣ। ਲੇਕਿਨ ਜਦੋਂ ਉਹ ਮਨਪ੍ਰੀਤ ਬਾਦਲ 'ਤੇ ਸਵਾਲ ਉਠਾਉਂਦਿਆਂ ਇਹ ਕਹਿੰਦੇ ਆ ਕਿ ਬਾਦਲ ਕੇ ਕਰਜ਼ਾ ਚੁੱਕ ਚੁੱਕ ਕੇ ਪੰਜਾਬ ਦਾ ਵਿਕਾਸ ਕਰਦੇ ਰਹੇ, ਵਿਕਾਸ ਨਹੀਂ ਰੁਕਿਆ, ਅਸੀਂ ਵਿਕਾਸ ਕਰਨਾ ਬੰਦ ਕਰਤਾ, ਫਿਰ ਉਹ ਕਿਹਦੀ ਐਡਵੋਕੇਸੀ ਕਰ ਰਹੇ ਆ, ਕਿਹਦੀ ਪੈਰਵਾਈ ਕਰ ਰਹੇ ਆ, ਇਹ ਵੀ ਜ਼ਰੂਰ ਦੱਸਣ ਕਿ ਪੰਜਾਬ ਦਾ ਪਹਿਲਾਂ ਹਜ਼ਾਰਾਂ ਲੱਖਾਂ ਕਰੋੜ ਦਾ ਕਰਜ਼ਾ, ਜੇ ਉਹਦੇ 'ਚ 5-7 ਹਜ਼ਾਰ ਕਰੋੜ ਹੋਰ ਵੱਧ ਜਮ੍ਹਾਂ ਹੋਜੂ ਕੀ ਫਰਕ ਪੈਣ ਲੱਗਿਆ। ਇਹ ਕਹਿੰਦਿਆਂ ਰਵਨੀਤ ਸਿੰਘ ਬਿੱਟੂ ਕਿਹੜੇ ਆਰਥਿਕ ਸਮੀਕਰਨਾਂ ਦੀ ਗੱਲ ਕਰ ਰਿਹਾ ਇਹ ਵੀ ਦੱਸ ਦੇਣ। ਰਵਨੀਤ ਸਿੰਘ ਬਿੱਟੂ ਇਹ ਜ਼ਰੂਰ ਸਾਫ਼ ਕਰ ਦੇਣ ਕਿ ਉਹ ਕਿੰਨਾ ਤੌਰ ਤਰੀਕਿਆਂ ਨਾਲ ਸੱਤਾ ਚਲਾਉਣਾ ਚਾਹੁੰਦੇ ਆ, ਕਿ ਉਹ ਬਾਦਲਕਿਆਂ ਵੱਲੋਂ ਸ਼ੁਰੂ ਕੀਤੀਆਂ ਰਵਾਇਤਾਂ ਨੂੰ ਮੁੜ ਲਿਆਉਣਾ ਚਾਹੁੰਦੇ ਆ। ਕੀ ਰਵਨੀਤ ਸਿੰਘ ਬਿੱਟੂ ਇਸ ਤਰ੍ਹਾਂ ਦੀ ਸਿਆਸਤ ਨਾਲ ਫਿਊਚਰ ਦੇ ਲੀਡਰ ਹੋ ਸਕਦੇ ਆ? ਇਹ ਬੜਾ ਵੱਡਾ ਸਵਾਲ ਹੈ। ਲੇਕਿਨ ਜਿਸ ਤਰੀਕੇ ਨਾਲ ਰਵਨੀਤ ਸਿੰਘ ਬਿੱਟੂ ਦੀਆਂ ਗੱਲਾਂ ਦਾ ਜਵਾਬ ਮਨਪ੍ਰੀਤ ਬਾਦਲ ਦਿੰਦੇ ਆ, ਉਹਨੂੰ ਵੀ ਕਦਾਚਿਤ ਸਵੀਕਾਰਿਆ ਨਹੀਂ ਜਾ ਸਕਦਾ। ਜਦੋਂ ਉਹ ਕਹਿੰਦੇ ਆ ਕਿ ਤੁਸੀਂ ਸਿਆਣੇ ਕਬੀਲਦਾਰ ਲੋਕ ਹੋ, ਪੁੱਛੋ ਕਿ ਆਪਣੇ ਬੱਚਿਆਂ ਨੂੰ ਤੁਸੀਂ ਕਰਜ਼ੇ ਨਾਲ ਚਲਾਓਗੇ, ਉਹ ਕਹਿੰਦੇ ਆ ਜਦੋਂ ਕਿ ਤੁਸੀਂ ਆਪਣੇ ਘਰਾਂ ਨੂੰ ਕਰਜ਼ੇ ਨਾਲ ਕਿਵੇਂ ਚਲਾ ਸਕਦੇ? ਠੀਕ ਆਖਦੇ ਆ, ਰੋਜ਼ਮਰ੍ਹਾ ਦੀਆਂ ਲੋੜਾਂ ਕਰਜ਼ਿਆਂ ਨਾਲ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ, ਕਰਜ਼ਿਆਂ ਨਾਲ ਤੁਸੀਂ ਤਰੱਕੀ ਲਈ, ਵਿਕਾਸ ਲਈ ਵੱਡੀਆਂ ਪਹਿਲਕਦਮੀਆਂ ਜ਼ਰੂਰ ਕਰ ਸਕਦੇ ਹੋ। ਔਰ ਕਰਜ਼ੇ ਲੈਣ ਲੱਗਿਆਂ ਇੱਕ ਬਹੁਤ ਛੋਟੀ ਜਿਹੀ ਮਹੀਨ ਜਿਹੀ ਗੱਲ ਹੁੰਦੀ ਆ, ਬਿਜ਼ਨਸਮੈਨ ਜਾਣਦੇ ਨੇ ਕਿ ਜਦੋਂ ਤੁਸੀਂ ਕਰਜ਼ਾ ਅਪਲਾਈ ਕਰਦੇ ਹੋ, ਤੁਸੀਂ ਨਾਲ ਆਪਣੀ ਪ੍ਰਪੋਜ਼ਲ ਪੇਸ਼ ਕਰਦੇ ਹੋ ਕਿ ਅਸੀਂ ਕਰਜ਼ਾ ਕਿਸ ਮਕਸਦ ਲਈ ਲੈ ਰਹੇ ਹਾਂ ਔਰ ਸਾਡਾ ਕਰਜ਼ਾ ਉਤਾਰਨ ਦਾ ਤਰੀਕਾ ਕੀ ਹੋਊਗਾ, ਜਿਸ ਕੰਮ ਲਈ ਅਸੀਂ ਕਰਜ਼ਾ ਲੈ ਰਹੇ ਹਾਂ ਇਹਦੇ ਵਿੱਚੋਂ ਸਾਨੂੰ ਇਨਕਮ ਕੀ ਰਹੂਗੀ, ਕਿ ਅਸੀਂ ਕਿਸੇ ਵਿਕਾਸ ਦੇ ਵਿੱਚੋਂ ਕੁਝ ਪੈਸੇ ਵੀ ਲੈ ਕੇ ਰੈਵੀਨਿਊ ਵੀ ਜਨਰੇਟ ਕਰ ਰਹੇ ਹਾਂ, ਜਾਂ ਸਿਰਫ ਇਹ ਪਬਲਿਕ ਵੈਲਫੇਅਰ ਦਾ ਮਸਲਾ ਹੈ, ਦੋ ਤਰ੍ਹਾਂ ਦੇ ਸਰਕਾਰਾਂ ਨੂੰ ਮਿਲਦੇ ਆ ਕਰਜ਼ੇ। ਸੋ ਸਵਾਲ ਤਾਂ ਇਹ ਹੈ ਕਿ ਜਦੋਂ ਅਕਾਲੀ ਦਲ ਰਵਨੀਤ ਸਿੰਘ ਬਿੱਟੂ ਦੀ ਉਸ ਗੱਲ ਨੂੰ ਪਕੜਦਾ ਔਰ ਉਸ ਗੱਲ ਨੂੰ ਪਕੜ ਕੇ ਲੋਕਾਂ 'ਚ ਲੈ ਆਉਂਦਾ, ਮਨਪ੍ਰੀਤ ਬਾਦਲ ਤੋਂ ਅਸਤੀਫਾ ਮੰਗਦਾ, ਅਕਾਲੀ ਦਲ ਬਾਦਲ ਮਨਪ੍ਰੀਤ ਬਾਦਲ ਤੋਂ ਅਸਤੀਫਾ ਮੰਗਦਾ, ਮੈਂ ਰਿਪੀਟ ਕਰ ਰਿਹਾ, ਅਤੇ ਉਦੋਂ ਕੀ ਰਵਨੀਤ ਸਿੰਘ ਬਿੱਟੂ ਵੱਲੋਂ ਚੱਲੀ ਹੋਈ ਚਾਲ ਕਿਹੜੀ ਦਿਸ਼ਾ ਦੀ ਸੂਚਕ ਹੈ? ਰਵਨੀਤ ਸਿੰਘ ਬਿੱਟੂ ਵੱਲੋਂ ਬਠਿੰਡੇ ਦੇ ਵਿੱਚ ਕੀਤੀਆਂ ਗਈਆਂ ਗੱਲਾਂ ਸਪੋਂਸਰਡ ਸੀ, ਕਿਸੇ ਵੱਲੋਂ ਕਿਧਰੇ ਹੋਰ ਸਿਹਤ ਸੀ, ਰਾਜ ਸੱਤਾ ਦੀਆਂ ਵੱਡੇ ਗਲਿਆਰਿਆਂ 'ਚੋਂ ਆਈ ਗੱਲ ਸੀ, ਆਪਣੇ ਆਪ ਵੱਲੋਂ ਛੱਡਿਆ ਗਿਆ ਤੀਰ ਸੀ, ਵਿਰੋਧੀਆਂ ਦੀ ਚਾਲ ਸੀ? ਬੜੇ ਸਵਾਲ ਖੜ੍ਹੇ ਹੋਣਗੇ। ਲੇਕਿਨ ਪੰਜਾਬ ਦੇ ਵਿੱਚ, ਪੰਜਾਬ ਕਾਂਗਰਸ ਦੇ ਵਿੱਚ, ਪੰਜਾਬ ਸਰਕਾਰ ਦੇ ਵਿੱਚ ਫਿਰ ਇੱਕ ਵਾਰ ਭਾਂਬੜ ਬਲ ਪਿਆ, ਬਲਣਾ ਵੀ ਚਾਹੀਦਾ, ਪੰਜਾਬ ਸਰਕਾਰ ਕਿਤੇ ਨਜ਼ਰ ਨਹੀਂ ਆ ਰਹੀ, ਸੱਤਾ ਸਿਰਫ ਸੱਤਾ ਲਈ ਹੋਵੇ ਐਸਾ ਨਹੀਂ ਹੋਣਾ ਚਾਹੀਦਾ। ਲੇਕਿਨ ਪੰਜਾਬ ਸਰਕਾਰ ਜਿੰਨੀ ਸੁਸਤ ਚਾਲ ਚੱਲ ਰਹੀ ਹੈ, ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੇ ਆਪਣੇ ਤੁਰਨ ਦਾ ਤਰੀਕਾ ਅਖਤਿਆਰ ਕੀਤਾ ਹੈ, ਉਹਨੂੰ ਕੋਈ ਪ੍ਰਵਾਨ ਨਹੀਂ ਕਰ ਰਿਹਾ। ਪੰਜਾਬ ਦੇ ਵਿੱਚ ਸਰਕਾਰ ਨਾਂ ਦੀ ਚੀਜ਼ ਅਣਹੋਂਦ ਵਾਂਝ ਵੇਖੀ ਜਾ ਰਹੀ ਹੈ, ਸਰਕਾਰ ਦੀ ਅਣਹੋਂਦ ਪੰਜਾਬੀਆਂ ਨੂੰ ਟੀਸ ਦੇ ਰਹੀ ਹੈ। ਲੇਕਿਨ ਉਸ ਤੋਂ ਅੱਗੇ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਇਹ ਸਵਾਲ ਖੜ੍ਹੇ ਕਰ ਦਿੰਦੇ ਆ ਕਿ ਕੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਬਾਦਲਕਿਆਂ ਨਾਲ ਸੰਬੰਧ ਪੁਰਾਣੇ ਰਿਸ਼ਤਿਆਂ ਦੇ ਆਧਾਰ 'ਤੇ, ਇਹ ਇੱਕ ਨਵਾਂ ਸਵਾਲ ਖੜ੍ਹਾ ਹੋ ਜਾਂਦਾ, ਉਹ ਸਵਾਲ ਜਿਹਦਾ ਜਵਾਬ ਕਈ ਸਾਲਾਂ ਤੋਂ, 3 ਸਾਲਾਂ ਤੋਂ ਲਗਭਗ ਮੰਗਿਆ ਜਾ ਰਿਹਾ। ਸਰਕਾਰ ਦੇ ਵਿੱਚ ਹੋਰ ਕਿਸੇ ਗੱਲ ਦਾ ਜ਼ਿਕਰ ਹੋਇਆ ਨਾ ਹੋਵੇ, ਲੇਕਿਨ ਇਸ ਚੀਜ਼ ਦਾ ਹਰ ਰੋਜ਼ ਜ਼ਿਕਰ ਹੋਇਆ ਕਿ ਸਭ ਰਲੇ ਹੋਇਆ। ਮੈਨੂੰ ਨਹੀਂ ਸਮਝ ਆਈ ਕਿ ਇਹ ਸਭ ਰਲੇ ਹੋਏ ਵਾਲੀ ਗੱਲ ਆਖਰ ਪ੍ਰੂਵ ਕਿਉਂ ਨਾ ਕੀਤੀ ਜਾ ਸਕੀ। ਲੇਕਿਨ ਹੁਣ ਜਦੋਂ ਆਪਣੇ ਮੰਤਰੀ ਇਹ ਗੱਲ ਕਰਨ ਲੱਗੇ ਨੇ, ਤਾਂ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਜਿਹੜੇ ਸੰਕੇਤ ਆ ਰਹੇ ਆ ਉਹ ਸੱਚ ਨੇ, ਜਿਹੜੇ ਸੰਕੇਤ ਆ ਰਹੇ ਆ ਕਿ ਉਹ ਇਸ ਦਿਸ਼ਾ ਨੂੰ ਨੇ, ਕਿ ਜਿੱਧਰੇ ਕਿਧਰੇ ਵੀ ਕੋਈ ਗੱਲ ਪੋਜ਼ੀਟਿਵ ਹੁੰਦੀ ਆ ਉਹਨੂੰ ਵੀ ਸਨੱਬ ਕਰ ਦਿਓ? ਔਰ ਕੀ ਇਹ ਰਾਜਨੀਤੀ ਸਿਰਫ ਗੰਧਲੇਪਣ ਦਾ ਸ਼ਿਕਾਰ ਹੋ ਕੇ ਅੱਗੇ ਧਰੂਗੀ? ਸਵਾਲ ਤਾਂ ਇਹ ਆ, ਰਲ ਕੇ ਖੇਡਣ ਵਾਲੀ ਗੇਮ ਜਿਹੜੀ ਆ ਉਹ ਇਸੇ ਤਰੀਕੇ ਨਾਲ ਹੁੰਦੀ ਆ ਕਿ ਇਹਦੇ ਵਿੱਚ ਤੌਰ ਤਰੀਕੇ ਇੱਕੋ ਜਿਹੇ ਰਹਿਣ, ਸਿਆਸਤ ਕਰਨ ਦਾ, ਸੱਤਾ ਹੰਡਾਉਣ ਦਾ ਤੌਰ ਤਰੀਕਾ ਇੱਕੋ ਜਿਹਾ ਰਹੇ, ਤਾਂ ਫਿਰ ਪੰਜਾਬ ਦੇ ਲੋਕ ਕਿਸ ਪਾਸੇ ਦੇਖਣ, ਕਿਸ ਪਾਸੇ ਜਾਣ? ਇਹ ਬਹੁਤ ਅਹਿਮ ਗੱਲ ਹੈ ਜਿਹੜੀ ਅਜੇ ਤੱਕ ਪੰਜਾਬੀਆਂ ਦੇ ਗਲੇ ਹੇਠ ਨਹੀਂ ਉੱਤਰ ਰਹੀ, ਸੰਗ ਥੱਲੇ ਨਹੀਂ ਜਾ ਰਹੀ, ਕਿ ਕੀ ਰਾਜਨੀਤੀ ਬਦਲਣ ਲਈ ਕੋਈ ਤੌਰ ਤਰੀਕਾ ਬਚਿਆ ਹੀ ਨਹੀਂ? ਕੀ ਰਾਜਨੀਤੀ ਬਦਲਣ ਦਾ ਸਾਡੇ ਕੋਲ ਹੋਰ ਕੋਈ ਰਾਹ ਨਹੀਂ? ਸੋ ਇੱਕ ਰਾਜਨੀਤੀ ਤੋਂ ਦੂਜੀ ਰਾਜਨੀਤੀ ਦਾ ਸਫ਼ਰ ਇੰਝ ਹੀ ਆ ਜਿਵੇਂ ਸੁਰਜੀਤ ਪਾਤਰ ਕਹਿੰਦਾ ਕਿ ਇੱਕ ਕੈਦ 'ਚੋਂ ਦੂਜੀ ਦੇ ਵਿੱਚ ਪਹੁੰਚ ਗਈ ਹੈ, ਕੀ ਖੱਟਿਆ ਮਹਿੰਦੀ ਲਾ ਕੇ ਵਟਣਾ ਮਲ ਕੇ? ਕੀ ਸਵਾਲ ਇਹੀ ਤਾਂ ਨਹੀਂ ਕਿ ਸਾਨੂੰ ਇੱਕ ਅਜੀਬ ਤਰ੍ਹਾਂ ਨਾਲ ਭਰਮਾ ਲਿਆ ਗਿਆ, ਸਾਨੂੰ ਫੁਸਲਾ ਲਿਆ ਗਿਆ, ਅਤੇ ਅਖੀਰ ਦੇ ਵਿੱਚ ਨਿਕਲਿਆ ਕੀ? ਇੱਕ ਛਲੇਵਾ ਭਰਮ ਜਿਹਦੇ ਵਿੱਚ ਅਜੇ ਵੀ ਅਸੀਂ ਫਸੇ ਹੋਏ ਹਾਂ। ਸੋ 3-4 ਤਰ੍ਹਾਂ ਤੋਂ ਹਮਲੇ ਹੁੰਦੇ ਆ, ਇੱਕ ਤਰ੍ਹਾਂ ਨਾਲ ਉਲਝਣ ਦੀ ਸਥਿਤੀ ਬਣਦੀ ਆ।
ਜਿਹਨੂੰ ਸੁਲਝਾਉਣ ਦਾ ਯਤਨ ਨਹੀਂ ਕੀਤਾ ਜਾਊਗਾ। ਇਹ ਸਭ ਨੂੰ ਪਤਾ ਹੈ ਕਿਉਂਕਿ ਇਸ ਸਥਿਤੀ ਨੂੰ ਸੁਲਝਾਉਣ ਲਈ ਕੁਝ ਸਵਾਲਾਂ ਦੇ ਜਵਾਬ ਦੇਣੇ ਹੋਣਗੇ, ਜਿਹਨਾਂ ਸਵਾਲਾਂ ਦੇ ਜਵਾਬ ਦੇਣੇ ਕੋਈ ਗਵਾਰਾ ਨਹੀਂ ਕਰਦਾ। ਕੈਪਟਨ ਅਮਰਿੰਦਰ ਸਿੰਘ ਇਹਨਾਂ ਮਸਲਿਆਂ 'ਤੇ ਬਿਲਕੁਲ ਨਹੀਂ ਬੋਲਣਗੇ। ਰਵਨੀਤ ਸਿੰਘ ਬਿੱਟੂ ਨੂੰ ਤਲਬ ਨਹੀਂ ਕੀਤਾ ਜਾਊਗਾ ਕਿ ਉਹ ਆਪਣੀ ਸਥਿਤੀ ਸਪਸ਼ਟ ਕਰਨ, ਉਹ ਕਹਿਣਾ ਕੀ ਚਾਹ ਰਹੇ ਆ। ਜੇ ਉਹ ਪੰਜਾਬ ਦੇ ਲੋਕਾਂ ਦੀ ਬੋਲੀ ਬੋਲਣਾ ਚਾਹੁੰਦੇ ਆ ਤਾਂ ਫਿਰ ਸੱਤਾ ਦੇ ਵਿੱਚ ਕਾਬਲੀਅਤ ਦੇ ਆਧਾਰ 'ਤੇ ਮਿਲਦੇ ਅਹੁਦਿਆਂ ਦੀ ਗੱਲ ਵੀ ਕਰਨੀ ਬਣਦੀ ਸੀ। ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ ਨੂੰ ਟਾਰਗੇਟ ਕਰਨਾ ਕੋਈ ਵਾਜਬ ਨਹੀਂ ਮੰਨਿਆ ਜਾਂਦਾ, ਲੇਕਿਨ ਜੇਕਰ ਮਨਪ੍ਰੀਤ ਬਾਦਲ ਦੀ ਕਾਰਗੁਜ਼ਾਰੀ ਨੂੰ ਵੇਖੀਏ ਤਾਂ ਪੰਜਾਬ ਦੇ ਲੋਕ ਨਿਰਾਸ਼ ਨੇ। ਫਿਰ ਵੀ ਉਹਦੀ ਇਮਾਨਦਾਰੀ 'ਤੇ ਸ਼ੱਕ ਕਰਨਾ ਮੈਨੂੰ ਲੱਗਦਾ ਹੈ ਕਿ ਅਹਿਮਕਾਰ ਨਾਲ ਗੱਲ ਹੋਊਗੀ। ਮਨਪ੍ਰੀਤ ਸਿੰਘ ਬਾਦਲ 100% ਇਮਾਨਦਾਰ ਨਾ ਵੀ ਹੋਵੇ, ਲੇਕਿਨ ਮੁਕਾਬਲਤਨ ਬਾਕੀ ਸਿਆਸਤਦਾਨਾਂ ਦੇ ਉਹ ਥੋੜ੍ਹਾ ਜ਼ਿਆਦਾ ਇਮਾਨਦਾਰ ਹੈ। ਸੋ ਇੱਕ ਵੱਡਾ ਸਵਾਲ ਖੜ੍ਹਾ ਹੋ ਗਿਆ, ਪੰਜਾਬ ਦੀ ਰਾਜਨੀਤੀ ਵਿੱਚ ਬਵਾਲ ਆ, ਮੀਡੀਆ ਲਈ ਇਹ ਸੁਰਖੀ ਆ, ਸਾਡੇ ਲਈ ਇੱਕ ਵਧੀਆ ਗੱਲ ਹੈ ਕਿਉਂਕਿ ਅਸੀਂ ਜਿਸ ਤਬਦੀਲੀ ਲਈ ਸੋਚਦੇ ਹਾਂ, ਪੰਜਾਬ ਦੇ ਲੋਕ ਜਿਸ ਤਬਦੀਲੀ ਨੂੰ ਤਾਂਘਦੇ ਆ, ਉਹ ਤਬਦੀਲੀ ਬਗਾਵਤ 'ਚੋਂ ਨਿਕਲਦੀ ਹੈ। ਆਪਣੇ ਕਰਨ, ਬਗਾਨੇ ਕਰਨ, ਬਗਾਵਤ ਸਿਸਟਮ ਲਈ ਫਾਇਦੇਮੰਦ ਹੁੰਦੀ ਹੈ, ਲੇਕਿਨ ਜੇ ਉਹ ਵਿਚਾਰਧਾਰਕ ਹੋਵੇ, ਬਗਾਵਤ ਜਦੋਂ ਅੰਦਰੋਂ ਵਿਚਾਰਧਾਰਕ ਹੁੰਦੀ ਹੈ, ਅੰਦਰੋਂ ਖਿਆਲਾਂ ਦੇ ਵਿਰੋਧ 'ਚੋਂ ਉੱਭਰਦੀ ਹੈ, ਤਾਂ ਉਹਦਾ ਕੁਝ ਨਾ ਕੁਝ ਪੋਜ਼ਿਟਿਵਿਟੀ ਉਹਦੇ 'ਚੋਂ ਆਉਂਦੀ ਹੈ, ਸਕਾਰਾਤਮਕਤਾ ਨਿਕਲਦੀ ਹੈ। ਸੋ ਰਵਨੀਤ ਬਿੱਟੂ ਵੱਲੋਂ ਭਾਵੇਂ ਗੈਰ ਵਾਜਬ ਜੇ ਸਵਾਲ ਉਠਾਏ ਗਏ ਆ, ਰਵਨੀਤ ਬਿੱਟੂ ਵੱਲੋਂ ਬੇਸ਼ੱਕ ਦੂਜਿਆਂ 'ਤੇ ਇਲਜ਼ਾਮ ਲਾਏ ਗਏ ਬਾਹਰੋਂ ਆਉਣ ਵਾਲਿਆਂ 'ਤੇ, ਕਾਂਗਰਸ ਦੀ ਸਿਆਸਤ ਦੀ ਤਰਜਮਾਨੀ ਕੀਤੀ ਗਈ ਆ ਕਿ ਇਹੋ ਹੀ ਤੌਰ ਤਰੀਕਾ ਹੈ, ਸਿਆਸਤ ਮਾਨਣ ਦੀ ਚੀਜ਼ ਆ, ਕਿਉਂਕਿ ਉਹ ਜਿਸ ਵਿਰਾਸਤ 'ਚੋਂ ਆਉਂਦੇ ਆ ਉਹਦੇ ਵਿੱਚ ਇੰਝ ਹੀ ਹੋਇਆ ਵੀ ਇੱਥੇ 'ਚ ਕੋਈ ਵਿਕਾਸ ਦੀ ਗੱਲ ਨਹੀਂ, ਕਿਧਰੇ ਕੋਈ ਡਿਵੈਲਪਮੈਂਟ ਦੀ ਗੱਲ ਨਹੀਂ, ਪੰਜਾਬ ਦੇ ਕਲਚਰ ਦੀ ਗੱਲ ਨਹੀਂ। ਰਵਨੀਤ ਬਿੱਟੂ ਦੇ ਮੂੰਹੋਂ ਇਹ ਗੱਲਾਂ ਢੁੱਕਵੀਆਂ ਨੇ ਕਿਉਂਕਿ ਉਹਨਾਂ ਦਾ ਆਪਣਾ ਮੁਹਾਵਰਾ ਹੀ ਇਹੀ ਹੈ, ਲੇਕਿਨ ਮਨਪ੍ਰੀਤ ਬਾਦਲ ਸਦਾ ਇਨਕਲਾਬ ਦੀ ਗੱਲ ਕਰਦੇ ਸੀ, ਸਦਾ ਸਦਾਚਾਰ ਦੀ ਗੱਲ ਕਰਦੇ ਆ, ਐਥਿਕਸ ਦੀ ਗੱਲ ਕਰਦੇ ਆ। ਮਨਪ੍ਰੀਤ ਬਾਦਲ ਕੋਲੋਂ ਇਹ ਉਮੀਦ ਬਣਦੀ ਆ ਕਿ ਜੇ ਉਹ ਨਹੀਂ ਕਰ ਸਕਦੇ ਜੋ ਉਹਦੇ ਬਾਰੇ ਦਾਅਵਾ ਨਾ ਕਰਨ, ਅਤੇ ਜਿਹੜਾ ਉਹ ਦਾਅਵਾ ਕਰਦੇ ਆ ਜੇ ਉਹ ਪੂਰਾ ਨਹੀਂ ਕਰ ਸਕੇ, ਅਤੇ ਜਿਹੜੀਆਂ ਕਮੀਆਂ ਕਾਰਨ ਪੂਰਾ ਨਹੀਂ ਕਰ ਸਕੇ ਉਹਨਾਂ ਨੂੰ ਬੇਪਰਦ ਕਰਨ। ਸੁਖਜਿੰਦਰ ਸਿੰਘ ਰੰਧਾਵਾ ਜਦੋਂ ਵੱਡਾ ਇਲਜ਼ਾਮ ਲਾਉਂਦੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਬਾਦਲਕਿਆਂ ਵੱਲ ਲੀਨੀਅੰਟ ਨੇ, ਇੱਕ ਸ਼ਬਦ ਸ਼ਾਇਦ ਆ ਰਿਹਾ, ਮੈਂ ਗਲਤ ਹੋਵਾਂ ਤਾਂ ਮੈਨੂੰ ਦਰੁਸਤ ਕਰ ਦਿਓ, ਕਿ ਇੱਕ ਇੱਕ ਅਪਰੋਚ ਹੈ, ਇੱਕ ਸੇਫ ਸਾਈਡ ਹੈ, ਅਤੇ ਮੇਰੇ ਖਿਆਲ ਉਹਦੇ ਉੱਤੇ ਵੀ ਜਵਾਬ ਆਉਣਾ ਚਾਹੀਦਾ। ਸੁਖਜਿੰਦਰ ਸਿੰਘ ਰੰਧਾਵਾ ਅਕਸਰ ਜਜ਼ਬਾਤੀ ਹੋ ਕੇ ਇਹੋ ਜਿਹੀਆਂ ਗੱਲਾਂ ਕਰ ਦਿੰਦੇ ਆ, ਲੇਕਿਨ ਸੱਤਾ ਦੇ ਗਲਿਆਰਿਆਂ 'ਚ ਮੰਨਿਆ ਜਾਂਦਾ ਹੈ ਕਿ ਇਹੋ ਜਿਹੀਆਂ ਗੱਲਾਂ ਬਹੁਤੀਆਂ ਫਾਇਦੇਮੰਦ ਨਹੀਂ ਹੁੰਦੀਆਂ, ਰਾਦਰ ਨੁਕਸਾਨਦਾਇਕ ਜ਼ਿਆਦਾ ਹੁੰਦੀਆਂ। ਸੋ ਮਨਪ੍ਰੀਤ ਬਾਦਲ ਦੀ ਦੱਬਵੀਂ ਸੁਰ, ਸੁਨੀਲ ਜਾਖੜ ਜਦੋਂ, ਮੈਨੂੰ ਯਾਦ ਹੈ, ਕੁਲਬੀਰ ਜ਼ੀਰਾ ਨੂੰ ਨੋਟਿਸ ਕੀਤਾ ਗਿਆ ਸੀਗਾ, ਕਾਰਨ ਦੱਸੋ ਨੋਟਿਸ ਕੀਤਾ ਗਿਆ ਸੀ, ਸਸਪੈਂਡ ਕੀਤਾ ਗਿਆ ਸੀ, ਔਰ ਉਹ ਮਾਰਾ ਮਾਰਾ ਮਗਰ ਮਗਰ ਫਿਰਦਾ ਸੀ ਸੱਤਾ ਦੇ ਗਲਿਆਰਿਆਂ 'ਚ ਘੁੰਮਦਿਆਂ ਦੀ ਫੋਟੋ ਆਉਂਦੀ ਸੀ। ਅਤੇ ਅੱਜ ਜਦੋਂ ਰਵਨੀਤ ਬਿੱਟੂ ਨੇ ਕੀਤੀ ਹੈ ਗੱਲ, ਅਤੇ ਰਵਨੀਤ ਬਿੱਟੂ ਨੇ ਜੇ ਕੁਛ ਗਲਤ ਕੀਤਾ ਹੈ ਤਾਂ ਉਹਨੂੰ ਕੌਣ ਨੋਟਿਸ ਕਰੂਗਾ, ਜੇ ਠੀਕ ਕੀਤਾ ਹੈ ਤਾਂ ਜਿਨ੍ਹਾਂ ਦੇ ਖਿਲਾਫ ਗੱਲ ਕੀਤੀ ਉਹਨਾਂ ਤੋਂ ਜਵਾਬ ਕੌਣ ਲਊਗਾ, ਜਾਂ ਫਿਰ ਇਸ ਸਾਰੀ ਸਥਿਤੀ ਨੂੰ ਕਲੀਅਰ ਕਰਨ ਲਈ, ਸਪਸ਼ਟ ਕਰਨ ਲਈ ਕੌਣ ਅੱਗੇ ਆਊਗਾ? ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਰੌਂ ਕੀ ਰਹੂਗਾ, ਰੁੱਖ ਕੀ ਰਹੂਗਾ, ਦੇਖਣਾ ਬੜਾ ਦਿਲਚਸਪ ਹੋਊਗਾ। ਪਰ ਮੈਨੂੰ ਲੱਗਦਾ ਹੈ ਕਿ ਇਸ ਹਮਾਮ 'ਚ ਸਭ ਨੰਗੇ ਨੇ, ਪੰਜਾਬੀਆਂ ਦੀ ਫਿਤਰਤ ਪੰਜਾਬੀਆਂ ਦੀ ਹੋਣੀ ਬਣ ਗਈ ਹੈ, ਪੰਜਾਬੀ ਲੜਨਾ ਜਾਣਦੇ ਆ, ਅਤੇ ਅੱਜ ਲੜਾਈ ਦੇ ਦੌਰ 'ਚ ਜੀਂਦੇ ਆ। ਲੜਾਈ ਸਾਡੇ ਘਰਾਂ 'ਚ ਵੀ ਹੈ, ਸਰਕਾਰਾਂ 'ਚ ਵੀ ਹੈ, ਲੇਕਿਨ ਬਦਲਦਾ ਕੁਛ ਨਹੀਂ। ਲੜਾਈ ਇੱਕ ਪੋਜ਼ਿਟਿਵਿਟੀ ਅਖਤਿਆਰ ਕਰੇ, ਇੱਕ ਬਗਾਵਤ ਅਖਤਿਆਰ ਕਰੇ ਜਿਹਦੇ ਵਿੱਚ ਅੰਦੋਲਨ ਹੋਣ, ਅਤੇ ਅੰਦੋਲਨ ਦੇ ਵਿੱਚ ਉਹ ਸਰਕਾਰਾਂ ਚੁੱਕਣ 'ਤੇ ਕੋਈ ਕੰਮ ਦੀ ਗੱਲ ਹੋਵੇ, ਫਿਰ ਤਾਂ ਸਾਡੇ ਇਸ ਸੁਭਾਅ ਦਾ ਕੋਈ ਫਾਇਦਾ ਹੈ। ਅਦਰਵਾਈਜ਼ ਆਪਣੇ ਘਰ ਦਾ ਨੁਕਸਾਨ ਕਰਾ ਕੇ ਕਿੰਨੀ ਦੇਰ ਆਪਣੀ ਇਸ ਤਸੀਰ ਨੂੰ ਐਪਰੀਸ਼ੀਏਟ ਕਰਦੇ ਰਹਾਂਗੇ, ਆਪਣੇ ਮੋਢੇ ਆਪੇ ਥਪਥਪਾਉਂਦੇ ਰਹਾਂਗੇ? ਵੱਡੇ ਸਵਾਲ ਨੇ, ਇਤਿਹਾਸ ਦੇ ਵਿੱਚ ਇਹਨਾਂ ਦਾ ਕੋਈ ਆਨਸਰ ਤਾਂ ਮਿਲਦਾ ਨਹੀਂ। ਖੈਰ ਚਲੋ, ਅਸੀਂ ਵੀ ਉਠਾਉਂਦੇ ਰਹਿੰਦੇ ਹਾਂ, ਮੈਂ ਔਰ ਤੁਸੀਂ ਸਾਰੇ ਰਲ ਕੇ ਇਸ ਸੁਸਾਇਟੀ ਨੂੰ ਬਣਾਉਂਦੇ ਹਾਂ। ਜੇ ਸੁਸਾਇਟੀ ਗਲਤ ਹੈ, ਮੈਂ ਵੀ ਗਲਤ ਹਾਂ, ਕੋਈ ਕਮੀਆਂ ਤੁਹਾਡੇ 'ਚ ਵੀ ਹੋਣਗੀਆਂ, ਲੇਕਿਨ ਜੇ ਇਹ ਸੁਸਾਇਟੀ ਨੂੰ ਬਿਹਤਰ ਕਰਨਾ ਤਾਂ ਸਾਡੀ ਵੱਡੀ ਜ਼ਿੰਮੇਵਾਰੀ ਆ। ਮੈਂ ਫਿਰ ਰਿਪੀਟ ਕਰਦਿਆਂ ਕਿ ਅਸੀਂ ਵਾਰ ਵਾਰ ਸਿਆਸਤ ਦਾ ਜ਼ਿਕਰ ਇਸ ਕਰਕੇ ਕਰਦੇ ਹਾਂ ਕਿ ਸਾਨੂੰ ਇਸ ਸਿਆਸਤ ਨੂੰ ਬਦਲੇ ਬਿਨਾਂ ਗੁਜ਼ਾਰਾ ਨਹੀਂ, ਕਿਉਂਕਿ ਸਿਆਸਤ ਸਭ ਮਸਲਿਆਂ ਦੀ ਜੜ੍ਹ ਹੈ, ਔਰ ਸਿਆਸਤ ਹੀ ਸਭ ਮਸਲਿਆਂ ਦਾ ਹੱਲ ਆ, ਕਿਉਂਕਿ ਹਰ ਪੱਖ, ਹਰ ਮੁੱਦਾ, ਹਰ ਮਸਲਾ ਸਿਆਸਤ 'ਤੇ ਕੇਂਦਰਿਤ ਹੈ, ਅਤੇ ਸਿਆਸਤ ਦੇ ਵਿੱਚੋਂ ਹੀ ਉਹਦਾ ਸਲਿਊਸ਼ਨ ਹੈ। ਸੋ ਸਭ ਤੋਂ ਪਹਿਲਾਂ ਤੁਸੀਂ ਆਪਣੀ ਵਿਵਸਥਾ ਨੂੰ ਬਦਲਣ ਤੋਂ ਵੀ ਪਹਿਲਾਂ ਸਿਆਸਤ ਬਦਲੋਗੇ ਤਾਂ ਅਸੀਂ ਦੋ ਕਦਮ ਅੱਗੇ ਵੱਧ ਸਕਾਂਗੇ, ਨਹੀਂ ਤਾਂ ਜਿਸ ਤਰ੍ਹਾਂ ਦੇ ਜਮੂਦ ਦੇ ਵਿੱਚ ਅਸੀਂ ਜਕੜੇ ਪਏ ਹਾਂ, ਉਹਦੇ ਟੁੱਟਣ ਦੀ ਕੋਈ ਮੈਨੂੰ ਨਹੀਂ ਲੱਗਦਾ ਕਿ ਸਬੱਬ ਬਣਦਾ ਨਜ਼ਰ ਆਉਂਦਾ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।